ਅੱਜ ਦਾ ਸਿੱਖ ਕੀ ਕਰ ਰਿਹਾ? ਅੱਜ ਦਾ ਸਿੱਖ ਬਾਣੀ ਪੜ੍ਹਨ ਤੇ ਨੁਕਤਾਚੀਨੀ ਕਰ ਰਿਹਾ, ਦਸਮ ਦੀ ਬਾਣੀ ਤੇ ਸਵਾਲ ਖੜੇ ਕਰ ਰਿਹਾ, ਅੰਮ੍ਰਿਤ ਤੇ ਸਰੋਵਰਾਂ ਤੇ ਕਿਹੜੀ ਗੱਲ ਤੇ ਨਹੀਂ ਇਹਨਾਂ ਨੇ ਸ਼ੰਕਾ ਪੈਦਾ ਕੀਤੀ? ਇਹਨਾਂ ਨੂੰ ਸਿੱਖ ਖਵਾਉਣ ਦਾ ਹੱਕ ਨਹੀਂ। ਉਹ ਜੋ ਗੁਰੂ ਨੇ ਕੀਤਾ ਤੁਸੀਂ ਗੁਰੂ ਨਾਲੋਂ ਵੱਡੇ ਨਹੀਂ। ਖਾਲਸਾ ਜੀ, ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿਹੜੇ ਨਾਸਤਿਕਤਾ ਦਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਨੇੜ ਦੀ ਵੀ ਨਾ ਲੰਘਣ ਦਿਆ ਕਰੋ। ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸਾਗਤ ਤੇ ਸੂਕਰ ਭਲਾ, ਰੱਖੇ ਆਛਾ ਗਾਓ, ਉਹ ਸਾਗਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾਓ। ਸਾਗਤ ਨਾਲੋਂ ਸੂਰ ਚੰਗਾ ਸੀ ਕਹਿੰਦੇ, ਜਿਹੜਾ ਘੱਟੋ ਘੱਟ ਪਿੰਡ ਦੀਆਂ ਗਲੀਆਂ ਤਾਂ ਸਾਫ਼ ਕਰਦਾ ਸੀ ਨਾ, ਗੰਦ ਤਾਂ ਸਾਫ਼ ਕਰਦਾ ਸੀ, ਸਫਾਈ ਤਾਂ ਕਰਦਾ ਸੀ, ਹੈ ਤਾਂ ਪਸ਼ੂ ਪਰ ਉਹ ਇਹਨਾਂ ਨਾਲੋਂ ਚੰਗਾ। ਪਰ ਸਾਗਤ ਕਹਿੰਦੇ ਸੂਰ ਨਾਲੋਂ ਵੀ ਮਾੜਾ, ਜਿਹਦੇ ਮਰਨ ਤੋਂ ਬਾਅਦ ਦੁਨੀਆ ਸੁੱਖ ਮਨਾਉਂਦੀ ਹੈ ਵੀ ਮਰ ਗਿਆ, ਇਹਨੇ ਸਾਰੇ ਪਿੰਡ ਨੂੰ ਸੂਲ 'ਤੇ ਟੰਗਿਆ ਹੋਇਆ ਸੀ, ਉਹਦਾ ਨਾਂ ਨਹੀਂ ਕੋਈ ਲੈਂਦਾ। ਇਹ ਸਾਗਤਾਂ ਵਾਲਾ ਪ੍ਰਚਾਰ ਕਰ ਰਹੇ ਖਾਲਸਾ ਜੀ। ਗੁਰੂ ਅਮਰਦਾਸ ਜੀ 84 ਪਾਠ ਜਪਜੀ ਸਾਹਿਬ ਦੇ ਕਰਦੇ ਆ ਰੋਜ਼, ਕਿੱਲੀ ਅੱਜ ਵੀ ਗੋਇੰਦਵਾਲ ਸਾਹਿਬ ਲੱਗੀ ਆ ਚੁਬਾਰਾ ਸਾਹਿਬ ਨੂੰ ਫੜ ਕੇ, 84 ਪਾਠ ਨਹੀਂ ਹੋ ਜਾਂਦੇ ਮਹਾਰਾਜ ਆਪਣੇ ਮੁੱਖ ਵਿੱਚ ਅੰਨ ਜਲ ਨਹੀਂ ਪਾਉਂਦੇ ਸਨ। ਸੰਤ ਬਾਬਾ ਜਰਨੈਲ ਸਿੰਘ ਜੀ 101 ਜਪਜੀ ਸਾਹਿਬ ਦਾ ਪਾਠ ਕਰਦੇ ਸਨ ਤੇ ਕਹਿੰਦੇ ਆ ਬਾਣੀ ਪੜ੍ਹਨ ਦੀ ਕੀ ਲੋੜ ਹੈ? ਕਿ ਬਾਣੀ ਪੜ੍ਹਨੀ ਤਾਂ ਮੂਰਖਾਂ ਦਾ ਕੰਮ ਹੈ, ਅਨਪੜ੍ਹਾਂ ਦਾ ਕੰਮ ਹੈ, ਬੇਸਮਝ ਲੋਕ ਹੈ। ਆਖੇ ਬਾਣੀ ਤਾਂ ਵਿਚਾਰ ਵਾਸਤੇ ਹੈ, ਪੜ੍ਹਨ ਵਾਸਤੇ ਨਹੀਂ। ਅਤੇ ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ? ਰਸਨਾ ਜਾਪ ਜਪੋ ਬਨਵਾਰੀ, ਰਸਨਾ ਨਾਲ ਵਾਹਿਗੁਰੂ ਦਾ ਨਾਮ ਜਪੋ। ਰੇ ਜਿਹਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਮਹਾਰਾਜ ਕਹਿੰਦੇ ਉਹ ਜਵਾਨ ਦੇ ਸੱਤ ਟੁਕੜੇ ਕਰ ਦੀਏ ਜਿਹੜੀ ਜਵਾਨ ਪਰਮੇਸ਼ਰ ਦਾ ਨਾਮ ਨਹੀਂ ਲੈਂਦੀ। ਇਸ ਕਰਕੇ ਇਹਨਾਂ ਤੋਂ ਬਚੋ ਨਾਸਤਕ ਟੋਲੇ ਤੋਂ। ਮਹਾਰਾਜ ਸਾਹਿਬ ਨੇ ਜੋ ਪਿਰਤ ਪਾਈ ਹੈ, ਜੋ ਪੂਰਨੇ ਪਾਏ ਹੈ, ਸਿੱਖੋ ਉਹਦਾ ਲੜ ਨਾ ਛੱਡੋ, ਉਹਦੇ ਮਗਰ ਉਵੇਂ ਉਵੇਂ ਤੁਰੇ ਜਾਓ। ਤੁਹਾਨੂੰ ਨਰਕ ਸੁਰਗ ਦੀ ਚਿੰਤਾ ਕਰਨ ਦੀ ਕੀ ਲੋੜ ਹੈ? ਤੁਸੀਂ ਜੋ ਗੁਰੂ ਸਾਹਿਬ ਨੇ ਕਹਿਤਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਤੁਸੀਂ ਉਸ ਨੂੰ ਫੋਲੋ ਕਰੋ, ਉਸ ਨੂੰ ਮੰਨੋ, ਆਪੇ ਗੁਰੂ ਜਾਣੇ, ਆਪੇ ਗੁਰੂ ਬਾਂਹ ਫੜੂ ਤੁਹਾਡੀ। ਤੁਹਾਨੂੰ ਚਿੰਤਾ ਫਿਕਰ ਟੈਨਸ਼ਨ ਲੈਣ ਦੀ ਲੋੜ ਨਹੀਂ। ਗੁਰੂ ਨੂੰ ਤੁਹਾਡੀ ਹਰ ਜੀਵਨ ਦੇ ਦੁੱਖ ਦਾ ਪਤਾ, ਪਰ ਸਿੱਖ ਗੁਰੂ ਦੇ ਹੁਕਮ ਅਨੁਸਾਰ ਚੱਲੇ, ਆਗਿਆ ਮੰਨੋ ਗੁਰੂ ਸਾਹਿਬ ਦੀ। ਜੇ ਗੁਰੂ ਸਾਹਿਬ ਨੇ ਸੇਵਾ ਕੀਤੀ ਆਪਾਂ ਕਰੀ ਜਾਓ, ਗੁਰੂ ਸਾਹਿਬ ਨੇ ਨਾਮ ਜਪੇ ਆਪਾਂ ਜਪੀਏ, ਗੁਰੂ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ ਤਾਂ ਆਪਾਂ ਸੰਗਤ ਵਿੱਚ ਜੁੜੇ ਰਹੀਏ, ਜੋ ਗੁਰੂ ਕਰ ਗਏ ਉਵੇਂ ਆਪਾਂ ਕਰੀ ਚੱਲੋ, ਆਪੇ ਉਧਾਰ ਸਤਿਗੁਰੂ ਕਰਨਗੇ। ਇਸ ਕਰਕੇ ਇਹਨਾਂ ਲੋਕਾਂ ਤੋਂ ਸਾਖਤਾਂ ਤੋਂ ਬਚੋ।